ਗੁਰੂ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਅੱਜ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਤੋਂ ਲੈ ਕੇ ਅਖੀਰ ਜੋਤੀ ਜੋਤ ਸਮਾਉਣ ਤੱਕ ਦੀ ਪੂਰੀ ਕਹਾਣੀ ਸੁਣਾਵਾਂਗੇ। ਇਹ ਕਹਾਣੀ ਕਈ ਭਾਗਾਂ ਵਿੱਚ ਪੂਰੀ ਹੋਏਗੀ। ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਤਾਂ ਉਸ ਸਮੇਂ ਭਾਰਤ ਅਤੇ ਸੰਸਾਰ ਵਿੱਚ ਲੋਕਾਂ ਦੀ ਹਾਲਤ ਕੀ ਸੀ, ਕਿਹੋ ਜਿਹੇ ਹਾਲਾਤ ਸਨ ਜਿਨ੍ਹਾਂ ਵਿੱਚ ਪਰਮਾਤਮਾ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਸੰਸਾਰ ਵਿੱਚ ਭੇਜਣਾ ਪਿਆ। ਗੁਰੂ ਨਾਨਕ ਸਾਹਿਬ ਵਰਗੀ ਮਹਾਨ ਹਸਤੀ ਨੂੰ ਕਿਸੇ ਖਾਸ ਮਕਸਦ ਵਾਸਤੇ ਧਰਤੀ ਉੱਤੇ ਪ੍ਰਭੂ ਭੇਜਦਾ ਹੈ। ਜਦੋਂ ਸਥਿਤੀ ਅਜਿਹੀ ਹੋ ਜਾਵੇ ਕਿ ਉਸ ਸਮੇਂ ਸਮਾਜ ਦੀ ਹਾਲਤ ਬਹੁਤ ਖਰਾਬ ਹੋ ਜਾਵੇ, ਕੋਈ ਹੱਲ ਨਜ਼ਰ ਨਾ ਆਵੇ, ਤਾਂ ਪ੍ਰਭੂ ਨੂੰ ਆਪ ਧਰਤੀ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੋਣਾ ਪੈਂਦਾ ਹੈ। ਪਹਿਲਾਂ ਵੀ ਬਹੁਤ ਉਦਾਹਰਨਾਂ ਹਨ ਜਦੋਂ ਪ੍ਰਭੂ ਨੂੰ ਆਪ ਧਰਤੀ 'ਤੇ ਪ੍ਰਗਟ ਹੋਣਾ ਪਿਆ, ਜਿਵੇਂ ਕ੍ਰਿਸ਼ਨ ਭਗਵਾਨ, ਸ਼੍ਰੀ ਰਾਮ ਚੰਦਰ ਜੀ, ਹਜ਼ਰਤ ਮੁਹੰਮਦ ਸਾਹਿਬ ਅਤੇ ਈਸਾ ਮਸੀਹ ਨੂੰ ਵੀ ਪਰਮਾਤਮਾ ਦਾ ਹੀ ਰੂਪ ਮੰਨਿਆ ਜਾਂਦਾ ਹੈ। ਜਦੋਂ ਧਰਤੀ 'ਤੇ ਸਮਾਜ ਦੀ ਹਾਲਤ ਅੱਤ ਦਰਜੇ ਦੀ ਖਰਾਬ ਹੋਈ, ਜ਼ੁਲਮਾਂ ਦੀ ਹੱਦ ਹੋਈ, ਤਾਂ ਪਰਮਾਤਮਾ ਨੇ ਸਮਾਜ ਨੂੰ ਸੁਧਾਰਨ ਵਾਸਤੇ, ਜ਼ੁਲਮਾਂ ਤੋਂ ਦੁਨੀਆਂ ਨੂੰ ਬਚਾਉਣ ਵਾਸਤੇ ਆਪ ਧਰਤੀ 'ਤੇ ਅਵਤਾਰ ਧਾਰਿਆ। ਗੁਰੂ ਨਾਨਕ ਸਾਹਿਬ ਨੂੰ ਵੀ ਧਰਤੀ 'ਤੇ ਭੇਜਣ ਦਾ ਪਰਮਾਤਮਾ ਦਾ ਖਾਸ ਮਕਸਦ ਸੀ। ਹੁਣ ਪਹਿਲਾਂ ਤੁਹਾਨੂੰ ਉਸ ਵਕਤ ਦੀ, ਉਸ ਸਮੇਂ ਦੇ ਹਾਲਾਤਾਂ ਦੀ ਜਾਣਕਾਰੀ ਦਿੰਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਨੂੰ ਧਰਤੀ 'ਤੇ ਪ੍ਰਗਟ ਹੋਣਾ ਪਿਆ। ਆਪ ਬਾਣੀ ਵਿੱਚ ਲਿਖਦੇ ਹਨ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ। ਗੁਰੂ ਸਾਹਿਬ ਆਪ ਉਸ ਸਮੇਂ ਦੇ ਹਾਲਾਤ ਦਾ ਵਰਣਨ ਕਰਦੇ ਹੋਏ ਆਖਦੇ ਹਨ ਕਿ ਉਸ ਸਮੇਂ ਰਾਜੇ ਕਸਾਈਆਂ ਦਾ ਰੂਪ ਧਾਰ ਚੁੱਕੇ ਸਨ, ਧਰਮ ਖੰਭ ਲਾ ਕੇ ਉੱਡ ਚੁੱਕਾ ਸੀ। ਕਹਿਣ ਦਾ ਮਤਲਬ ਕਿ ਕਿਸੇ ਦਾ ਕੋਈ ਦੀਨ ਧਰਮ ਨਹੀਂ ਸੀ ਰਿਹਾ। ਗੁਰੂ ਸਾਹਿਬ ਨੇ ਕਿਹਾ ਕਿ ਰਾਜੇ ਸਿੰਘ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਉਸ ਸਮੇਂ ਦੀ ਰਾਜਨੀਤਿਕ ਅਤੇ ਸਮਾਜਿਕ ਹਾਲਤ ਬਹੁਤ ਨਿਗਰ ਚੁੱਕੀ ਸੀ। ਅਸਲ ਗੱਲ ਹੋਈ ਇਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਕਈ ਸੌ ਸਾਲ ਪਹਿਲਾਂ ਭਾਰਤ ਦੇ ਹਿੰਦੂ ਰਾਜਪੂਤ ਰਾਜਿਆਂ ਨੇ, ਕੁਝ ਨੇ ਤਾਂ ਲੜਨਾ ਹੀ ਛੱਡ ਦਿੱਤਾ ਕਿ ਅਸੀਂ ਹਿੰਸਾ ਨਹੀਂ ਕਰਨੀ। ਉਹਨਾਂ ਨੇ ਤਲਵਾਰ ਸਦਾ ਲਈ ਸੁੱਟ ਦਿੱਤੀ। ਜਿਹੜੇ ਥੋੜ੍ਹੇ ਬਹੁਤ ਰਾਜਪੂਤ ਰਾਜੇ ਰਹਿ ਗਏ ਉਹਨਾਂ ਨੇ ਮੁਲਕ ਛੋਟੇ ਛੋਟੇ ਟੁਕੜਿਆਂ ਵਿੱਚ ਵੰਡ ਲਿਆ ਅਤੇ ਆਪਸ ਵਿੱਚ ਹਰ ਸਮੇਂ ਇੱਕ ਦੂਜੇ ਨਾਲ ਦੁਸ਼ਮਣੀਆਂ ਵਿੱਚ ਹੀ ਉਲਝ ਕੇ ਰਹਿ ਗਏ। ਇਸ ਲਈ ਅਰਬੀ ਲੋਕਾਂ ਨੇ ਜਦੋਂ ਭਾਰਤ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਆਪਸੀ ਦੁਸ਼ਮਣੀਆਂ ਕਰਕੇ ਰਾਜਪੂਤ ਰਾਜਿਆਂ ਨੇ ਇਕੱਠੇ ਹੋ ਕੇ ਤੁਰਕਾਂ ਦਾ ਮੁਕਾਬਲਾ ਨਾ ਕੀਤਾ। ਇਕੱਲੇ ਇਕੱਲੇ ਲੜਦੇ ਰਹੇ, ਉਹਨਾਂ ਕੋਲ ਭਾਰੀ ਫੌਜਾਂ ਸਨ, ਇਕੱਲੇ ਇਕੱਲੇ ਛੋਟੇ ਰਾਜ ਨੇ ਉਹਨਾਂ ਦਾ ਮੁਕਾਬਲਾ ਕੀ ਕਰਨਾ ਸੀ। ਇਸ ਲਈ ਸਾਰੇ ਭਾਰਤ 'ਤੇ ਮੁਸਲਮਾਨਾਂ ਦਾ ਅਧਿਕਾਰ ਹੋ ਗਿਆ। ਜਿਹੜੇ ਬ੍ਰਾਹਮਣ ਲੋਕਾਂ ਨੂੰ ਸਿੱਖਿਆ ਦਿੰਦੇ ਸਨ ਕਿ ਅਸੀਂ ਅਹਿੰਸਾ ਦੇ ਪੁਜਾਰੀ ਹਾਂ, ਲੜਾਈ ਬਿਲਕੁਲ ਨਹੀਂ ਕਰਨੀ, ਉਹਨਾਂ ਨੇ ਜਮ੍ਹਾਂ ਹੀ ਬੇੜਾ ਗਰਕ ਕਰ ਦਿੱਤਾ। ਜਦੋਂ ਇਰਾਨੀ ਅਫਗਾਨੀ ਹਮਲਾ ਕਰਕੇ ਲੁੱਟਣ ਆਏ ਤਾਂ ਬ੍ਰਾਹਮਣਾਂ ਨੇ ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਣੇ ਸ਼ੁਰੂ ਕਰ ਦਿੱਤੇ ਅਤੇ ਦੇਵੀ ਦੇਵਤਿਆਂ ਦੀਆਂ ਮਿੰਨਤਾਂ ਕਰਨ ਲੱਗੇ ਕਿ ਹੁਣ ਸਾਡੀ ਰੱਖਿਆ ਕਰੋ, ਆਪ ਤਲਵਾਰ ਚੁੱਕੇ ਬਿਨਾਂ ਕੌਣ ਬਚਾ ਸਕਦਾ ਹੈ। ਇਸ ਲਈ ਤੁਰਕਾਂ ਨੇ ਹਿੰਦੂਆਂ ਦੀ ਅਜਿਹੀ ਹਾਲਤ ਕੀਤੀ ਜਿਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਮੁਸਲਮਾਨਾਂ ਨੇ ਬੁਰੀ ਤਰ੍ਹਾਂ ਭਾਰਤ ਨੂੰ ਲੁੱਟਿਆ ਕਸੁੱਟਿਆ, ਮੰਦਰਾਂ ਨੂੰ ਢਾਹਿਆ, ਹਜ਼ਾਰਾਂ ਹਿੰਦੂਆਂ ਨੂੰ ਕਤਲ ਕੀਤਾ, ਹਜ਼ਾਰਾਂ ਗੁਲਾਮ ਬਣਾ ਕੇ ਲੈ ਗਏ, ਹਿੰਦੂ ਬੱਚਿਆਂ ਲੜਕੀਆਂ ਅਤੇ ਔਰਤਾਂ ਨੂੰ ਗਜਨੀ ਦੇ ਬਾਜ਼ਾਰਾਂ ਵਿੱਚ 2-2 ਰੁਪਏ ਦੇ ਭਾਅ ਵੇਚਿਆ ਜਾਂਦਾ। ਉਹ ਦਸ਼ਾ ਉਸ ਸਮੇਂ ਭਾਰਤ ਦੀ ਮੁਸਲਮਾਨ ਲੁਟੇਰਿਆਂ ਨੇ ਕੀਤੀ ਜਿਸ ਨੂੰ ਕਾਗਜ਼ਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਮੁਸਲਮਾਨ ਲੁਟੇਰੇ ਇਸਲਾਮ ਨੂੰ ਸਭ ਤੋਂ ਵੱਡਾ ਧਰਮ ਸਮਝਦੇ ਸਨ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਉਹ ਕਾਫਰ ਦੱਸਦੇ ਸਨ। ਉਹ ਸਾਰੇ ਸੰਸਾਰ ਵਿੱਚ ਇਸਲਾਮ ਨੂੰ ਧੱਕੇ ਨਾਲ ਫੈਲਾਉਣਾ ਚਾਹੁੰਦੇ ਸਨ। ਇਸ ਲਈ ਤੁਰਕਾਂ ਨੇ ਧੱਕੇ ਨਾਲ ਲੱਖਾਂ ਹਿੰਦੂਆਂ ਨੂੰ ਮੁਸਲਮਾਨ ਹੋਣ 'ਤੇ ਮਜਬੂਰ ਕੀਤਾ। ਜਿਹੜਾ ਮੁਸਲਮਾਨ ਨਹੀਂ ਬਣਦਾ ਸੀ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਜਿੰਨੇ ਵੀ ਹਿੰਦੂ ਕੈਦ ਕੀਤੇ ਜਾਂਦੇ ਸਨ ਸਭ ਦੇ ਮੂਹਰੇ ਇੱਕੋ ਗੱਲ ਰੱਖੀ ਜਾਂਦੀ ਸੀ ਕਿ ਮੁਸਲਮਾਨ ਬਣੋ, ਜੋ ਮੁਸਲਮਾਨ ਬਣਨ ਤੋਂ ਇਨਕਾਰ ਕਰਦਾ ਉਸ ਨੂੰ ਕਤਲ ਕਰ ਦਿੱਤਾ ਜਾਂਦਾ। ਇਸ ਤਰ੍ਹਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਕਤਲ ਕੀਤੇ ਗਏ। ਕਹਿੰਦੇ ਹਨ ਕਿ ਪਾਂਡਵਾਂ ਤੋਂ ਬਾਅਦ ਈਸਵੀ ਤੋਂ ਕੋਈ  600 ਸਾਲ ਪਹਿਲਾਂ ਰਾਜਾ ਸ਼ਿਸ਼ੂਪਾਲ ਹੋਇਆ ਹੈ। ਉਸ ਸਮੇਂ ਦੇਸ਼ ਦਾ ਪ੍ਰਬੰਧ ਸੁਰੱਖਿਅਤ ਸੀ, ਕੋਈ ਬਾਹਰਲਾ ਰਾਜਾ ਹਮਲਾ ਨਹੀਂ ਸੀ ਕਰਦਾ। ਉਸ ਦੀ ਚੌਥੀ ਪੀੜ੍ਹੀ ਵਿੱਚ ਵਸ਼ੀਕਰ ਸ਼ਤਰੂ ਪ੍ਰਸਿੱਧ ਰਾਜਾ ਹੋਇਆ ਹੈ, ਪਰ ਉਹ ਸਾਰੇ ਹਿੰਦ ਉੱਤੇ ਕਾਬਜ ਨਾ ਹੋ ਸਕਿਆ, ਜਿਸ ਕਾਰਨ ਈਸਵੀ ਤੋਂ 490 ਸਾਲ ਪਹਿਲਾਂ ਫਾਰਸ ਦੇ ਬਾਦਸ਼ਾਹ ਦਾਰਾ ਨੇ ਆਪਣੇ ਸਮੁੰਦਰੀ ਜਰਨੈਲ ਸਕਾਈ ਲਕਸ ਨੂੰ ਘੱਲ ਕੇ ਹਿੰਦੁਸਤਾਨ 'ਤੇ ਹਮਲਾ ਕੀਤਾ। ਇਹ ਸਮਾਂ ਹਿੰਦ ਦੀ ਗੁਲਾਮੀ ਦਾ ਆਰੰਭ ਸੀ। ਉਸਨੇ ਕਾਬਲ ਸਿੰਧ ਕੰਧਾਰ ਆਦਿ ਫਤਿਹ ਕਰਕੇ ਗੁਲਾਮ ਬਣਾਏ। ਉਸ ਤੋਂ ਬਾਅਦ ਯੂਨਾਨ ਦੇ ਬਾਦਸ਼ਾਹ ਸਿਕੰਦਰ ਆਜ਼ਮ ਨੇ 350 ਸਾਲ
ਈਸਵੀ ਤੋਂ ਪਹਿਲਾਂ ਭਾਰਤ 'ਤੇ ਜ਼ਬਰਦਸਤ ਹਮਲਾ ਕੀਤਾ। ਰਾਜਾ ਪੋਰਸ ਉਸਨੂੰ ਕੜੀ ਟੱਕਰ ਦੇਣ ਲਈ ਅੱਗੇ ਵਧਿਆ। ਬਹੁਤ ਤਕੜੀ ਟੱਕਰ ਹੋਈ ਪਰ ਰਾਜਾ ਪੋਰਸ ਹਾਰ ਗਿਆ। ਸਿਕੰਦਰ ਨੇ 3 ਵਾਰ ਹਮਲਾ ਕਰਕੇ ਮੌਰੀਆ ਵੰਸ਼ ਦੇ ਪ੍ਰਸਿੱਧ ਰਾਜੇ ਚੰਦਰਗੁਪਤ ਮੌਰੀਆ ਨੂੰ ਭਾਰੀ ਹਾਰ ਦਿੱਤੀ। ਪਰ ਕੁਝ ਸਮੇਂ ਬਾਅਦ ਆਪਣੇ ਜਰਨੈਲ ਸਲੂਕਸ ਨੂੰ ਸਿੰਧ, ਜੇਲਮ, ਮੁਲਤਾਨ ਵਰਗੇ ਇਲਾਕਿਆਂ ਉੱਤੇ ਸੂਬੇਦਾਰ ਲਾ ਕੇ ਸਿਕੰਦਰ ਵਾਪਸ ਚਲਾ ਗਿਆ। ਸਲੂਕਸ ਦੀ ਮੌਤ ਤੋਂ ਪਿੱਛੋਂ ਚੰਦਰਗੁਪਤ ਮੌਰੀਆ ਦਾ ਪੁੱਤਰ ਬਿੰਦੂਸਾਰ ਫਿਰ ਰਾਜਾ ਬਣਿਆ। ਉਸ ਦੇ 2 ਪੁੱਤਰ ਸਨ, ਅਸ਼ੋਕ ਅਤੇ ਮਹਿੰਦਰ। ਅਸ਼ੋਕ ਪਟਨੇ ਦਾ ਪ੍ਰਸਿੱਧ ਰਾਜਾ ਬਣਿਆ। ਇਸ ਨੇ ਟੈਕਸਲਾ ਰਾਵਲਪਿੰਡੀ ਨੂੰ ਰਾਜਧਾਨੀ ਬਣਾਇਆ। ਕਲਿੰਗਾ ਦਾ ਮਸ਼ਹੂਰ ਯੁੱਧ ਜਿੱਤਣ ਤੋਂ ਬਾਅਦ ਰਾਜਾ ਅਸ਼ੋਕ ਯੁੱਧ ਵਿੱਚ ਮਾਰੇ ਲੋਕਾਂ ਨੂੰ ਵੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਤਲਵਾਰ ਸੁੱਟ ਦਿੱਤੀ ਅਤੇ ਮੁੜ ਕੇ ਕਦੇ ਨਾ ਲੜਨ ਦੀ ਕਸਮ ਖਾ ਕੇ ਬੁੱਧ ਧਰਮ ਧਾਰ ਕੇ ਗੌਤਮ ਬੁੱਧ ਬਣ ਗਿਆ। ਉਸਨੇ ਅਹਿੰਸਾ ਪਰਮੋ ਧਰਮਾ ਆਖ ਕੇ ਸਭ ਤੋਂ ਪਹਿਲੀ ਵਾਰ ਹਿੰਦ ਵਾਸੀਆਂ ਨੂੰ ਸ਼ਾਸਤਰ ਵਿਦਿਆਹੀਣ ਕਰ ਦਿੱਤਾ। ਇਸ ਗੱਲ ਦਾ ਅਸਰ ਭਾਰਤ ਦੇ ਬਹੁਤ ਲੋਕਾਂ ਉੱਤੇ ਹੋਇਆ ਅਤੇ ਉਹ ਲੜਨਾ ਛੱਡ ਬੈਠੇ। ਇਸ ਸ਼ਾਸਤਰਹੀਣਤਾ ਦਾ ਅਸਰ ਇਹ ਹੋਇਆ ਕਿ ਅਰਬੀ ਲੁਟੇਰਿਆਂ ਨੂੰ ਭਾਰਤੀਆਂ ਦੀ ਕਮਜ਼ੋਰੀ ਦਾ ਪਤਾ ਲੱਗ ਗਿਆ ਅਤੇ ਉਹਨਾਂ ਨੇ ਭਾਰਤ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਅਰਬ ਦੇ ਬਾਦਸ਼ਾਹ ਸ਼ਾਹ ਆਲਮ ਨੇ 170 ਈਸਵੀ ਦੇ ਨੇੜੇ ਕਸ਼ਮੀਰ ਦੇ ਰਾਜਾ ਸਲਵਾਨ 'ਤੇ ਆਪਣੇ ਪੁੱਤਰ ਅਲੀ ਸ਼ਾਹ ਤੋਂ ਹਮਲਾ ਕਰਵਾਇਆ। ਰਾਜਾ ਸਲਵਾਨ ਦੀ ਰਾਜਧਾਨੀ ਸਿਆਲਕੋਟ ਸੀ। ਅਲੀ ਸ਼ਾਹ ਨੇ ਬਹੁਤ ਭਾਰੀ ਫੌਜ ਨਾਲ ਹਮਲੇ ਕੀਤੇ ਪਰ ਉਹਨਾਂ ਤੁਰਕਾਂ ਨੂੰ ਰਾਜਾ ਸਲਵਾਨ ਨੇ ਹਰਾ ਕੇ ਭਜਾ ਦਿੱਤਾ। ਰਾਜੇ ਸਲਵਾਨ ਅੱਗੇ ਕੋਈ ਵਾਹ ਨਾ ਚੱਲੀ ਤਾਂ ਆਲਮ ਸ਼ਾਹ ਨੂੰ ਹਿੰਦੂ ਪਾਂਡਿਆਂ ਦੇ ਗਦਾਰ ਹੋਣ ਦਾ ਪਤਾ ਲੱਗ ਗਿਆ। ਉਸਨੇ ਭਾਰੀ ਦਾਨ ਦੇ ਕੇ ਪਾਂਡੇ ਖਰੀਦ ਲਏ। ਮੂੰਹ ਮੰਗਿਆ ਦਾਨ ਲੈ ਕੇ ਪੰਡਿਤ ਵਿਕ ਗਏ ਅਤੇ ਰਾਜਾ ਸਲਵਾਨ ਨੂੰ ਹਰਾਉਣ ਦੇ ਸਾਰੇ ਗੁੱਝੇ ਭੇਦ ਉਹਨਾਂ ਨੇ ਸ਼ਾਹ ਆਲਮ ਨੂੰ ਜਾ ਦਿੱਤੇ। ਇਸੇ ਕਰਕੇ ਰਾਜਾ ਸਲਵਾਨ ਹਾਰ ਗਿਆ ਅਤੇ ਸ਼ਾਹ ਆਲਮ ਨੇ ਉਸ ਤੋਂ ਮਨ ਮੰਨੀਆਂ ਸ਼ਰਤਾਂ ਮਨਾਈਆਂ। ਕੇਸ ਮਨਾਉਣੇ, ਕੁੱਠਾ ਖਾਣਾ, ਜਾਤੀ ਜਨਮ ਤੋਂ ਮੰਨਣੀ, ਵਿਧਵਾ ਵਿਆਹ ਨਾ ਕਰਨੇ, ਮੁਸਲਮਾਨ ਦਾਈਆਂ ਰੱਖਣੀਆਂ ਅਤੇ ਸੱਤ ਗੋਤ ਪਾਤ ਛੱਡ ਕੇ ਸਾਗ ਕਰਨੇ ਆਦਿ 18 ਸ਼ਰਤਾਂ ਸਲਵਾਨ ਕੋਲੋਂ ਮਨਵਾਈਆਂ ਗਈਆਂ। ਜਿਹੜੇ ਪੰਡਿਆਂ ਨੇ ਗੁੱਝੇ ਭੇਦ ਰਾਜਾ ਸਲਵਾਨ ਦੇ ਦਿੱਤੇ ਅਤੇ ਹਿੰਦ ਨੂੰ ਫਤਿਹ ਕਰਨ ਦੀਆਂ ਬੇਅੰਤਾਂ ਦੱਸੀਆਂ ਕਹਿੰਦੇ ਹਨ ਕਿ ਮੂੰਹ ਮੰਗੇ ਇਨਾਮ ਲੈ ਕੇ ਉਹ ਹੁਸੈਨੀ ਪੀਰ ਕਹਾਉਣ ਲੱਗੇ। ਅੱਜ ਵੀ ਇਹਨਾਂ ਦੇ ਵੰਸ਼ੀ ਜੰਮੂ ਕਸ਼ਮੀਰ ਅਤੇ ਰਾਵਲਪਿੰਡੀ ਦੇ ਇਲਾਕਿਆਂ ਵਿੱਚ ਮਿਲਦੇ ਹਨ। ਭਾਰਤ ਅਤੇ ਯਮਨੀਆਂ ਨੇ ਬਹੁਤ ਸਾਰੇ ਹਮਲੇ ਕੀਤੇ। ਪਰਾਕਰਮਹੀਣੇ ਭਾਰਤੀ ਜੀਵ ਅਹਿੰਸਾ ਦੇ ਉਪਾਸਕ ਅਤੇ ਗਊ ਦੇ ਪੁਜਾਰੀ ਹੋ ਕੇ ਕਮਜ਼ੋਰ ਹੀ ਹੁੰਦੇ ਗਏ। 712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਨੇ ਭਾਰਤ 'ਤੇ ਕਈ ਹਮਲੇ ਕੀਤੇ। ਉਸਨੇ ਲੱਖਾਂ ਹਿੰਦੂ ਕਤਲ ਕੀਤੇ ਅਤੇ 40,000 ਹਿੰਦੂ ਲੜਕੀ ਬਗਦਾਦ ਨੂੰ ਗੁਲਾਮ ਬਣਾ ਕੇ ਲੈ ਗਿਆ। ਉਸ ਤੋਂ ਬਾਅਦ ਗਜਨੀ ਲੁਟੇਰੇ ਸੁਪਕਤਗੀਨ ਨੇ ਭਾਰਤ ਨੂੰ ਲੁੱਟਿਆ। ਲਾਹੌਰ ਦੇ ਰਾਜਾ ਜੈਪਾਲ ਨੂੰ ਹਰਾ ਕੇ ਮਨ ਮੰਨੀਆਂ ਸ਼ਰਤਾਂ ਮਨਵਾਈਆਂ ਅਤੇ ਪੇਸ਼ਾਵਰ ਦਾ ਇਲਾਕਾ ਉਸ ਤੋਂ ਖੋਲ੍ਹਿਆ। ਉਸ ਸਮੇਂ ਪੇਸ਼ਾਵਰ ਤੋਂ ਪਰੇ ਤੱਕ ਦੇ ਇਲਾਕੇ ਵਿੱਚ ਰਾਜਾ ਜੈਪਾਲ ਦਾ ਰਾਜ ਸੀ। ਉਸ ਤੋਂ ਬਾਅਦ ਸੁਪਕਤਗੀਨ ਨੇ ਦੇ ਲੜਕੇ ਮਹਿਮੂਦ ਗਜਨਵੀ ਨੇ 17 ਹਮਲੇ ਹਿੰਦੁਸਤਾਨ 'ਤੇ ਕੀਤੇ। ਬਹੁਤ ਬੁਰੀ ਤਰ੍ਹਾਂ ਲੁੱਟਿਆ। ਉਸਨੇ ਹਿੰਦੂਆਂ ਦੇ ਪ੍ਰਸਿੱਧ ਮੰਦਰ ਸੋਮਨਾਥ ਨੂੰ ਲੁੱਟਿਆ, ਜਿਸ ਵਿੱਚ ਕਈ ਮਣ ਸੋਨੇ ਦੀਆਂ ਮੂਰਤੀਆਂ ਸਨ ਅਤੇ ਹੋਰ ਬਹੁਤ ਕੀਮਤੀ ਸਮਾਨ ਇਸ ਮੰਦਰ ਵਿੱਚ ਸੀ। ਮੁਹੰਮਦ ਗਜਨਵੀ ਨੇ ਸੋਮਨਾਥ ਮੰਦਰ ਵਿੱਚ ਇਕੱਠੇ ਹੋਏ ਹਜ਼ਾਰਾਂ ਹਿੰਦੂ ਕਤਲ ਕਰ ਦਿੱਤੇ ਅਤੇ ਸਾਰਾ ਸੋਨਾ ਲੁੱਟ ਕੇ ਮੰਦਰ ਤਬਾਹ ਕਰ ਦਿੱਤਾ। ਕਈ ਥਾਵੀਂ ਮੰਦਰਾਂ ਨੂੰ ਢਾਹ ਕੇ ਉਸਨੇ ਮਸੀਤਾਂ ਬਣਾਈਆਂ। ਮੰਦਰਾਂ ਦੀਆਂ ਮੂਰਤੀਆਂ, ਜਿਨ੍ਹਾਂ ਦੀ ਹਿੰਦੂ ਜਗਤ ਵਿੱਚ ਪੂਜਾ ਹੁੰਦੀ ਸੀ, ਜੋ ਪਵਿੱਤਰ ਮੰਨੀਆਂ ਜਾਂਦੀਆਂ ਸਨ, ਮਹਿਮੂਦ ਗਜਨਵੀ ਨੇ ਉਹਨਾਂ ਮੂਰਤੀਆਂ ਨੂੰ ਗਊਆਂ ਅਤੇ ਹਿੰਦੂਆਂ ਦੇ ਲਹੂ ਨਾਲ ਨਹਾਇਆ। ਮੂਰਤੀਆਂ ਨੂੰ ਤੋੜ ਤੋੜ ਕੇ ਮਸੀਤਾਂ ਵਿੱਚ ਉਸ ਥਾਂ ਸੁੱਟਿਆ ਗਿਆ ਜਿੱਥੇ ਮੁਸਲਮਾਨ ਜੁੱਤੀਆਂ ਖੋਲ੍ਹਦੇ ਸਨ। ਮੂਰਤੀਆਂ ਦੀ ਹੋਰ ਵੀ ਬਹੁਤ ਬੇਇੱਜ਼ਤੀ ਅਤੇ ਦੁਰਦਸ਼ਾ ਕੀਤੀ ਗਈ। ਹਿੰਦੂ ਲੜਕੇ ਲੜਕੀਆਂ ਨੂੰ ਉਸਨੇ ਗਜਨੀ ਦੇ ਬਾਜ਼ਾਰਾਂ ਵਿੱਚ 2-2 ਰੁਪਏ 'ਤੇ ਵੇਚਿਆ। ਹਿੰਦੂ ਲੜਕੀਆਂ ਅਤੇ ਔਰਤਾਂ ਦੀ ਬਹੁਤ ਬੇਪੱਤੀ ਕੀਤੀ। ਮੁਹੰਮਦ ਗੌਰੀ ਨੇ 1191 ਈਸਵੀ ਵਿੱਚ ਦਿੱਲੀ ਫਤਿਹ ਕੀਤੀ ਅਤੇ 1206 ਵਿੱਚ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ ਬੈਠ ਗਿਆ। ਸਾਰੇ ਹਿੰਦੀ ਰਾਜੇ ਉਸਨੇ ਆਪਣੇ ਗੁਲਾਮ ਬਣਾ ਲਏ। ਮੁਹੰਮਦ ਗੌਰੀ ਨੇ ਕੁਤਬਦੀਨ ਐਬਕ ਨੂੰ ਦਿੱਲੀ ਦਾ ਤਖ਼ਤ ਸੰਭਾਲ ਕੇ ਕਤਲੇਆਮ ਕਰਵਾਈ। ਤਾਰੀਖ ਵਿੱਚ ਲਿਖਿਆ ਹੈ ਕਿ ਮੁਹੰਮਦ ਕਾਸਮ ਨੇ ਹਿੰਦੂਆਂ ਨੂੰ ਉੱਕਾ ਹੀ ਬਰਬਾਦ ਕਰਕੇ ਰਾਜਾ ਦਾਹਿਰ ਵਾਲੀਏ ਸਿੰਧ ਦੀਆਂ 2 ਧੀਆਂ ਨੂੰ ਅਤੇ ਹੋਰ ਅਨੇਕਾਂ ਇਸਤਰੀਆਂ ਨੂੰ ਕੈਦ ਕਰਕੇ ਬਗਦਾਦ ਵਿੱਚ, ਜਿੱਥੋਂ ਦਾ ਉਹ ਆਪ ਰਹਿਣ ਵਾਲਾ ਸੀ, ਖਲੀਫੇ ਦੇ ਮਹਿਲਾਂ ਵਿੱਚ ਦਾਖਲ ਕੀਤਾ। ਕੁਤਬਦੀਨ ਐਬਕ ਨੇ ਮੇਰਠ ਦੇ ਸਾਰੇ ਮੰਦਰਾਂ ਨੂੰ ਤੋੜਿਆ ਅਤੇ ਉਹਨਾਂ ਦੀ ਥਾਂ ਮਸਜਿਦਾਂ ਉਸਾਰੀਆਂ। ਜਿਸ ਨੇ ਵੀ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ, ਉਸ ਨੂੰ ਮੌਤ ਦਾ ਸ਼ਰਬਤ ਪਿਆਇਆ ਗਿਆ। ਕੇਵਲ ਇੱਕ ਕਲੰਜਰ ਸ਼ਹਿਰ ਵਿੱਚ ਹੀ 113 ਹਿੰਦੂ ਮੰਦਰ ਢਾਹ ਕੇ ਮਸਜਿਦਾਂ ਬਣਾਈਆਂ ਗਈਆਂ।
ਹਜ਼ਾਰਾਂ ਹਿੰਦੂ ਕਤਲ ਕੀਤੇ ਅਤੇ ਗੁਲਾਮ ਬਣਾਏ ਗਏ। ਤਿਬਕਾਤੇ ਨਾਸਰੀ ਦੇ ਸਫ਼ਾ 9 'ਤੇ ਦਰਜ ਹੈ ਕਿ ਬਿਹਾਰ ਦੀ ਫਤਿਹ ਸਮੇਂ ਇਸੇ ਕੁਤਬਦੀਨ ਐਬਕ ਨੇ 1,00,000 ਬ੍ਰਾਹਮਣ ਕਤਲ ਕੀਤੇ ਅਤੇ ਹਿੰਦੂਆਂ ਦਾ ਪੁਰਾਣਾ ਅਤੇ ਪ੍ਰਸਿੱਧ ਪੁਸਤਕਾਲਾ ਸਾੜ ਕੇ ਸਵਾਹ ਕਰ ਦਿੱਤਾ ਗਿਆ। ਅਮੀਰ ਖੁਸਰੋ ਦੀ ਤਾਰੀਖ ਦੇ ਪੰਨਾ 9 ਦੇ ਹਵਾਲੇ ਨਾਲ ਫਿਰੋਜ਼ ਸ਼ਾਹ ਨੇ ਦੱਖਣ ਦੀ ਫਤਿਹ ਸਮੇਂ ਅਣਗਿਣਤ ਮੂਰਤੀਆਂ ਉੱਧਰੋਂ ਲਿਆ ਕੇ ਆਪਣੇ ਕਿਲੇ ਦੇ ਦਰਵਾਜ਼ੇ 'ਤੇ ਸਟਵਾ ਦਿੱਤੀਆਂ ਅਤੇ ਚਿਰਾਂ ਤੱਕ ਉਹਨਾਂ ਦੇ ਇਸ਼ਨਾਨ ਹਰ ਰੋਜ਼ 1,000 ਹਿੰਦੂਆਂ ਦੇ ਲਹੂ ਨਾਲ ਕਰਵਾਉਂਦਾ ਰਿਹਾ। ਮੁਸਲਮਾਨ ਲੁਟੇਰੇ ਨਿਹੱਥੇ ਅਤੇ ਬੇਦੋਸ਼ ਹਿੰਦੂਆਂ ਨੂੰ ਮਾਰਨਾ ਖੁਦਾਈ ਹੁਕਮ ਅਤੇ ਸ਼ਰ੍ਹਾ ਦਾ ਫਰਮਾਨ ਸਮਝਦੇ ਸਨ। ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਸੁਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।